ਚੋਣ ਜ਼ਾਬਤੇ ਦੀ ਸਾਰੀ ਹਦਾਇਤਾਂ ਜਿਵੇਂ ਸਾਡੇ ਲੋਕ ਸਭਾ ਚੋਣਾਂ ਦੇ ਵਿੱਚ ਸੀ ਉਸੇ ਤਰ੍ਹਾਂ ਰਹਿਣਗੀਆਂ, ਪਰ ਇਹ ਵੈਸਟ ਹਲਕੇ 'ਤੇ ਰਹਿਣਗੀਆਂ। ਸਾਡੇ ਜਿਹੜੇ ਨੋਮੀਨੇਸ਼ਨ ਦਾ ਪ੍ਰੋਸੈਸ ਹੈ ਅਤੇ ਗਜ਼ਟ ਨੋਟੀਫਿਕੇਸ਼ਨ ਹੈ ਉਹ 14 ਜੂਨ ਨੂੰ ਸਟਾਰਟ ਹੋਣਾ ਹੈਗਾ। ਇਹ ਨੋਮੀਨੇਸ਼ਨ ਦੀ ਪ੍ਰਕਿਰਿਆ 21 ਜੂਨ ਤੱਕ ਸਾਡੀ ਇਹ ਚੱਲਦੀ ਰਹੂਗੀ ਅਤੇ ਲਾਸਟ ਡੇਟ ਜਿਹੜੀ ਸਾਡੀ ਵਿਦਡਰੋਲ ਦੀ ਹੈ। ਵਿਧਾਨ ਸਭਾ ਹਲਕਾ 34 ਜਲੰਧਰ ਪੱਛਮੀ ਦੀ 10 ਜੁਲਾਈ 2024 ਨੂੰ ਹੋਣ ਵਾਲੀ ਜਿਮਣੀ ਚੋਣ ਆਜ਼ਾਦ ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਜਲੰਧਰ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਅਮਨ ਅਮਾਨ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਸਿਵਲ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਹੜਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਗਜ਼ਟ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਜੂਨ ਹੈ। ਉਹਦੇ ਵਿੱਚ ਮੀਡੀਆ ਦਾ ਕਾਫੀ ਉਹਦੇ ਪੋਜ਼ੀਟਿਵ ਰੋਲ ਰਿਹਾ ਅਤੇ ਤੁਸੀਂ ਸਾਰਿਆਂ ਨੇ ਬੜਾ ਪੋਜ਼ੀਟਿਵਲੀ ਜਿਹੜੇ ਵੀ ਕੋਈ ਅਸੀਂ ਦਿਸ਼ਾ ਨਿਰਦੇਸ਼ ਪੋਲੀਟੀਕਲ ਪਾਰਟੀਜ਼ ਕੈਂਡੀਡੇਟਸ ਜਾਂ ਲੋਕਾਂ ਨੂੰ ਦੇਣੇ ਹੁੰਦੇ ਸੀਗੇ ਉਹਨਾਂ ਨੂੰ ਅਵੇਅਰ ਕਰਨਾ ਹੁੰਦਾ ਸੀ, ਤੁਸੀਂ ਬੜਾ ਪੋਜ਼ੀਟਿਵਲੀ ਉਸਨੂੰ ਸਪੋਰਟ ਕੀਤਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਜਿਹੜੇ ਜਲੰਧਰ ਦੇ ਜਿਮਨੀ ਚੋਣ ਨੇ ਵਿਧਾਨ ਸਭਾ ਹਲਕਾ 34 ਜਲੰਧਰ ਵੈਸਟ ਉਹ ਅਨਾਊਂਸ ਕੀਤੇ ਗਏ ਨੇ ਮਾਨਯੋਗ ECI ਵੱਲੋਂ। 10 ਜੂਨ ਨੂੰ ਇਹਦੀ ਅਨਾਊਂਸਮੈਂਟ ਹੋਈ ਸੀ ਅਤੇ 10 ਜੂਨ ਤੋਂ ਹੀ ਜਲੰਧਰ ਵੈਸਟ ਹਲਕੇ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਉਹ ਲੱਗ ਗਿਆ ਹੈ। ਚੋਣ ਜ਼ਾਬਤੇ ਦੀ ਸਾਰੀ ਹਦਾਇਤਾਂ ਜਿਵੇਂ ਸਾਡੇ ਲੋਕ ਸਭਾ ਚੋਣਾਂ ਦੇ ਵਿੱਚ ਸੀ ਉਸੇ ਤਰ੍ਹਾਂ ਰਹਿਣਗੀਆਂ, ਪਰ ਇਹ ਵੈਸਟ ਹਲਕੇ 'ਚ ਰਹਿਣਗੀਆਂ। ਪਰ ਇਹਦੇ ਨਾਲ ਨਾਲ ਕੁਝ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਪਾਰਟੀਜ਼ ਕੈਂਡੀਡੇਟਸ ਅਤੇ ਆਫਿਸਰਸ ਉਹ ਸਾਰੇ ਜ਼ਿਲ੍ਹੇ ਦੇ ਵਿੱਚ ਰਹਿਣਗੇ। ਸਾਡੇ ਜਿਹੜੇ ਨੋਮੀਨੇਸ਼ਨ ਦਾ ਪ੍ਰੋਸੈਸ ਹੈ ਅਤੇ ਗਜ਼ਟ ਨੋਟੀਫਿਕੇਸ਼ਨ ਹੈ ਉਹ 14 ਜੂਨ ਨੂੰ ਸਟਾਰਟ ਹੋਣਾ ਹੈਗਾ। ਇਹ ਨੋਮੀਨੇਸ਼ਨ ਦੀ ਪ੍ਰਕਿਰਿਆ 21 ਜੂਨ ਤੱਕ ਸਾਡੀ ਇਹ ਚੱਲਦੀ ਰਹੂਗੀ ਅਤੇ ਲਾਸਟ ਡੇਟ ਜਿਹੜੀ ਸਾਡੀ ਵਿਦਡਰੋਲ ਦੀ ਹੈ ਉਹ 26 ਜੂਨ ਰਹੇਗੀ। ਡੇਟ ਆਫ ਪੋਲ 10 ਜੁਲਾਈ ਦੀ ਡੇਟ ਨਿਸ਼ਚਿਤ ਹੋਈ ਹੈ ਅਤੇ ਡੇਟ ਆਫ ਕਾਊਂਟਿੰਗ ਜਿਹੜੀ ਹੈ ਉਹ 13 ਜੁਲਾਈ ਤੱਕ ਰਹਿਣਾ। ਟੋਟਲ ਸਾਡੇ 15 ਜੁਲਾਈ ਤੱਕ ਸਾਰੀ ਜਿਹੜੀ ਪੋਲਿੰਗ ਦੀ ਪ੍ਰਕਿਰਿਆ ਇਹ ਸਾਡੀ 15 ਜੁਲਾਈ ਤੱਕ ਕੰਪਲੀਟ ਹੋ ਜਾਣੀ ਹੈ ਅਤੇ 15 ਜੁਲਾਈ ਤੱਕ ਹੀ ਸਾਡਾ ਚੋਣ ਜ਼ਾਬਤਾ ਜਿਵੇਂ ਮੈਂ ਦੱਸ ਰਿਹਾ ਜਲੰਧਰ ਵੈਸਟ ਹਲਕੇ ਦੇ ਵਿੱਚ ਉਹ ਲੱਗਿਆ ਰਹਿਣਾ ਹੈਗਾ। ਇਸ ਚੋਣ ਦੇ ਵਿੱਚ ਰਿਟਰਨਿੰਗ ਅਫਸਰ ਜਿਹੜੇ ਨੇ ਸਾਡੇ ਮੈਡਮ ਹਲਕਾ ਘਰ ਜੋ ਇੱਥੇ ਬੈਠੇ ਹੋਏ ਨੇ ਉਹ ਵਿਧਾਨ ਸਭਾ 'ਚ ਉਹਨਾਂ ਦੇ ਰਿਟਰਨਿੰਗ ਅਫਸਰ ਟੀਮ ਜਿਹੜੀਆਂ ਨੇ ਇਹ ਰਹਿਣਗੇ ਅਤੇ ਮੇਰੀ ਡਿਊਟੀ ਅਤੇ ਮੇਰੀ ਸਾਰੀ ਟੀਮ ਦੀ ਡਿਊਟੀ ਬਤੌਰ ਜ਼ਿਲ੍ਹਾ ਚੋਣ ਅਫਸਰ ਡਿਸਟ੍ਰਿਕਟ ਇਲੈਕਸ਼ਨ ਅਫਸਰ ਉਹ ਰਹਿੰਦੀ ਹੈ। ਇਹਦੇ ਵਿੱਚ ਮੋਸਟਲੀ ਜਿਹੜੀ ਚੀਜ਼ਾਂ ਹੈ ਜਿਵੇਂ ਕਿਉਂਕਿ ਹੁਣੇ ਹੀ ਆਪਾਂ ਲੋਕ ਸਭਾ ਚੋਣਾਂ ਤੋਂ ਨਿਕਲੀਆਂ ਨੇ ਉਹ ਮੋਸਟਲੀ ਚੀਜ਼ਾਂ ਸਾਡੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਕੁਛ ਕੁਛ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਜਾਂ ਜੋ ਚੇਂਜਿਸ ਹੈ ਉਹ ਮੈਂ ਤੁਹਾਡੇ ਧਿਆਨ 'ਚ ਲੈ ਕੇ ਆਵਾਂਗਾ। ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੇ ਵਿੱਚ ਚੋਣ ਖਰਚਾ ਜਿਹੜੇ ਉਮੀਦਵਾਰ ਤੈਅ ਕੀਤੇ ਜਾਣਗੇ ਜਿਵੇਂ ਕਿ ਲੋਕ ਸਭਾ ਚੋਣਾਂ 'ਚ 94 ਲੱਖ ਰੁਪਏ ਦਾ ਖਰਚਾ ਸੀਗਾ ਇਹਦੇ ਵਿੱਚ 40 ਲੱਖ ਰੁਪਏ ਦੀ ਲਿਮਿਟ ਹੈਗੀ। 40 ਲੱਖ ਤੋਂ ਵੱਧ ਜਿਹੜਾ ਖਰਚਾ ਇਹਨਾਂ ਚੋਣਾਂ ਦੌਰਾਨ ਉਹ ਵੀ ਨਹੀਂ ਕੀਤਾ ਜਾ ਸਕਦਾ। ਚੋਣ ਜ਼ਾਬਤੇ ਦੇ ਵਿੱਚ ਸਾਡੀ ਟੀਮਾਂ ਭਾਵੇਂ ਫਲਾਇੰਗ ਸਕੁਆਡ ਦੀ ਟੀਮ ਹੈ ਭਾਵੇਂ ਸਟੈਟਿਕ ਸਰਵੇਲੈਂਸ ਟੀਮ ਦੀ ਟੀਮ ਹੈ ਉਹ
ਰੈਗੂਲਰ ਐਕਟਿਵ ਰਹਿਣਗੀਆਂ। ਸਾਡੀ ਫਲਾਇੰਗ ਸਕੁਆਡ ਦੀ ਟੀਮਾਂ ਆਲਰੇਡੀ ਐਕਟਿਵ ਹੋ ਚੁੱਕੀਆਂ ਨੇ। ਸਾਡੀ ਸਟੈਟਿਕਸ ਸਰਵੇਲੈਂਸ ਟੀਮ ਜਿਹੜੀ ਕਿ ਨਾਕਿਆਂ ਦੀ ਟੀਮ ਹੈ ਉਹ 14 ਜੂਨ ਨੂੰ ਐਕਟੀਵੇਟ ਹੋਣੀ ਆ। ਇਹਨਾਂ ਨਾਕਿਆਂ ਦੇ ਵਿੱਚ ਲੋਕਾਂ ਨੂੰ ਨੌਕਰੀ ਤੋਂ ਦਿੱਕਤ ਆਉਂਦੀ ਹੈ, ਜਿੱਥੇ ਸਾਡਾ ਟੋਲ ਜਾਬਤਾ ਲੱਗਿਆ ਹੈ ਯਾਨੀ ਹਲਕੇ ਦੇ ਵਿੱਚ, ਉੱਥੇ 50,000 ਤੋਂ ਜਿਹੜਾ ਵੱਧ ਦਾ ਕੈਸ਼ ਹੈ ਜੇ ਕਿਸੇ ਕੋਲ ਪਾਇਆ ਜਾਂਦਾ ਵਿਦਆਊਟ ਐਨੀ ਪ੍ਰੋਪਰ ਡਾਕੂਮੈਂਟਸ, ਉਹ ਸਾਡੀ ਟੀਮਾਂ ਵੱਲੋਂ ਸੀਜ਼ ਕੀਤਾ ਜਾ ਸਕਦਾ ਐਂਡ ਆਫਟਰ ਡਿਊ ਵੈਰੀਫਿਕੇਸ਼ਨ ਜਿਹੜਾ ਉਸਨੂੰ ਰਿਲੀਜ਼ ਕੀਤਾ ਜਾਵੇਗਾ। ਸਿਮੀਲਰਲੀ ਜਿਹੜਾ 10 ਲੱਖ ਤੋਂ ਉੱਤੇ ਦਾ ਜੇ ਸਾਨੂੰ ਕੋਈ ਕੈਸ਼ ਵਗੈਰਾ ਪ੍ਰਾਪਤ ਹੁੰਦਾ ਉਹਦੀ ਸੂਚਨਾ ਜਿਹੜੀ ਸਿਸਟਮ ਟੈਕਸ ਵਿਭਾਗ ਵਿੱਚ ਸਿੱਧੇ ਤੌਰ 'ਤੇ ਦਿੱਤੀ ਜਾਵੇਗੀ। ਸਿਮੀਲਰਲੀ ਕੋਈ ਵੀ ਚੋਣ ਪ੍ਰਚਾਰ ਨਾਲ ਸੰਬੰਧਿਤ ਸਮੱਗਰੀ ਜਿਹੜੀ ਕਿ ਵਿਦਆਊਟ ਡਿਊ ਪਰਮਿਸ਼ਨ ਕੋਈ ਲੈ ਕੇ ਜਾਂ ਲੈ ਕੇ ਜਾਵੇਗਾ ਉਹ ਨਾਲ ਦੀ ਨਾਲ ਹੀ ਉਸਨੂੰ ਸੀਜ਼ ਕੀਤਾ ਜਾਵੇਗਾ। ਕ੍ਰਿਮੀਨਲ ਇੰਟੀਸੀਡੈਂਟਸ ਜੋ ਵੀ ਸਾਡੇ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਆਪਣੇ ਪਬਲਿਸ਼ ਕਰਵਾਉਣੇ ਹੁੰਦੇ ਆ 3 ਵਾਰੀ ਚੋਣਾਂ ਤੋਂ ਪਹਿਲਾਂ, ਯਾਨੀ ਜੇ ਚੋਣ 10 ਜੁਲਾਈ ਹੋਣੇ 8 ਜੁਲਾਈ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਜਿਹੜੇ ਨਾਮਚੀਨ ਅਖਬਾਰ ਨੇ ਉਹਦੇ ਵਿੱਚ ਪਬਲਿਸ਼ ਕਰਨੇ ਪੈਣਗੇ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਕ੍ਰਿਮੀਨਲ ਇੰਟੀਸੀਡੈਂਟਸ ਬਾਰੇ ਪਤਾ ਲੱਗ ਸਕੇ। ਇਹਨਾਂ ਚੋਣਾਂ ਦੇ ਵਿੱਚ ਵੀ ਮਾਨਯੋਗ PCI ਵੱਲੋਂ ਉਹਨਾਂ ਦੀ ਇੱਕ ਸੈਂਟਰ ਅਬਜ਼ਰਵਰਸ ਦੀ ਟੀਮ ਭੇਜੀ ਜਾਵੇਗੀ, ਜਿਸ 'ਚ ਸਾਡੇ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਐਕਸਪੈਂਡੀਚਰ ਅਬਜ਼ਰਵਰ ਆਫਿਸਰ ਨੂੰ ਵੀ ਸੂਚੀ ਪ੍ਰਾਪਤ ਹੁੰਦੀ ਹੈ। ਅਸੀਂ ਉਹਨਾਂ ਦੀ ਜਿਹੜੇ ਨੰਬਰਸ ਹੈ ਅਤੇ ਉਹਨਾਂ ਦੇ ਜਿਹੜੇ ਰਹਿਣਗੇ ਤਾਂ ਪਬਲਿਕ ਨੂੰ ਵੀ ਦੱਸਾਂਗੇ ਤਾਂ ਕਿ ਕੋਈ ਵੀ ਕੈਂਡੀਡੇਟ ਪਾਰਟੀ ਜਾਂ ਪਬਲਿਕ ਦੇ ਵਿੱਚੋਂ ਮੈਂਬਰਸ ਉਹਨਾਂ ਨੂੰ ਆ ਕੇ ਜੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਕੋਈ ਵੀ ਸਮੱਸਿਆ ਆ ਰਹੀ ਹੈ ਉੱਥੇ ਰਹਿਣਗੇ, ਸਾਡੀ MCMC ਦੀ ਟੀਮਾਂ ਉੱਥੇ ਰਹਿਣਗੀਆਂ। ਕੋਈ ਪੇਡ ਨਿਊਜ਼ ਜੇ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਦੇ ਕੰਟਰੋਲ ਕਰਨ ਲਈ ਸਾਡੀ ਜਿਹੜੀ ਟੀਮ ਹੈ ਉਹ ਅਸੀਂ ਐਕਟੀਵੇਟ ਕਰ ਦਿੱਤੀ ਹੈ। ਸਾਡੇ ਪੁਲਿਸ ਆਫਿਸਰ ਸਾਰੇ ਵਾਰ ਜੋ ਪੂਰੀ ਤਰ੍ਹਾਂ ਉਹਦੇ ਵਿੱਚ ਮੁਸਤੈਦ ਰਹਿਣਗੇ, ਉਹਨਾਂ ਦੀ ਡਿਊਟੀ ਜਿਹੜੀ ਕਿਸ ਲਗਾਈ ਜਾ ਸਕੇ। ਸੋ ਮੈਨੂੰ ਆਸ ਹੈ ਕਿ ਜਿਹੜੇ ਇਹ ਚੋਰ ਮਾਨਯੋਗ PCI ਵੱਲੋਂ ਡਿਕਲੇਅਰ ਕੀਤੇ ਹੋਏ ਆ ਜਲੰਧਰ, ਅਸੀਂ ਪੂਰੀ ਮੁਸਤੈਦੀ ਨਾਲ ਪੂਰੀ ਸ਼ਾਂਤੀਪੂਰਵਕ ਢੰਗ ਨਾਲ ਸੰਪਰਕ ਕਰਾਵਾਂਗੇ ਅਤੇ 10 ਜੁਲਾਈ ਦੀ ਵੋਟਿੰਗ ਅਤੇ 13 ਜੁਲਾਈ ਦੀ ਪੂਰੇ ਕਾਉਂਟਿੰਗ ਦਾ ਰਿਜ਼ਲਟ ਅਸੀਂ ਅਨਾਊਂਸ ਕਰਾਂਗੇ। ਜੇ ਕੋਈ ਇਸ ਤੁਹਾਡਾ ਕੋਈ ਸਵਾਲ ਹੈ ਤਾਂ ਸਾਡੇ ਕੋਲ ਲਗਭਗ 1,71,000 ਦੇ ਕਰੀਬ ਸਾਡੇ ਹਨ ਇਹ ਸਾਡੇ ਵੋਟਰਸ ਨੇ। ਬੂਥ 181 ਟੋਟਲ ਜਿਹੜੇ ਬੂਥ ਨੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਇਨਫੋਰਮੇਸ਼ਨ ਅਸੀਂ ਤੁਹਾਨੂੰ ਲਿਖਤੀ ਤੌਰ 'ਤੇ ਵੀ ਸ਼ੇਅਰ ਕਰ ਲਾਂਗੇ, ਪਰ ਜੋ ਸਾਡੇ ਲੋਕ ਸਭਾ ਚੋਣਾਂ ਦੇ ਵਿੱਚ ਸੀਗਾ ਜੋ ਨੰਬਰ ਆਫ ਬੂਥ ਸੀਗਾ ਜੋ ਟੋਟਲ ਨੰਬਰ ਵੋਟਰ ਹੈ ਉਹੀ ਜਿਹੜਾ ਇਹਨਾਂ ਟੋਟਲ ਕਿਉਂਕਿ ਬਹੁਤ ਲਿਮਿਟਿਡ ਏਰੀਆ ਦੇ ਵਿੱਚ ਇਹ ਤੌਰ ਜਾਬਤਾ ਲੱਗਿਆ ਹੈ। ਅਸੀਂ ਨਹੀਂ ਚਾਹੁੰਦੇ ਕਿ ਆਮ ਪਬਲਿਕ ਜਿਹੜੀ ਹੈ ਉਹਦੇ ਵਿੱਚ ਪਰੇਸ਼ਾਨ ਹੋਵੇ, ਸੋ ਪਬਲਿਕ ਨੂੰ ਵੀ ਅਵੇਅਰ ਰਹਿਣ ਦੀ ਜ਼ਰੂਰਤ ਹੈ। ਅਸੀਂ ਵੀ ਟੀਮਾਂ ਨੂੰ ਅਵੇਅਰ ਦੇ ਦਿੱਤਾ ਕਿ ਜੇ ਪ੍ਰੋਪਰ ਡਾਕੂਮੈਂਟੇਸ਼ਨ ਉਹਨਾਂ ਕੋਲ ਹੈ ਤਾਂ ਕੋਈ ਉਹਨਾਂ ਨੂੰ ਪਰੇਸ਼ਾਨ ਨਾ ਦਿੱਤਾ ਜਾਵੇ। ਬਿਲਕੁਲ ਜੀ, ਸਾਰੇ ਸਾਡੇ ਪੋਲਿੰਗ ਬੂਥਾਂ ਦੇ ਉੱਤੇ ਵੈਬਕਾਸਟਿੰਗ ਕੀਤੀ ਜਾਵੇਗੀ। ਪਿਛਲੇ ਜਿਹੜੇ ਸਾਡੇ ਚੋਣਾਂ ਨੇ ਉਹਦੇ ਵਿੱਚ ਵੈਬਕਾਸਟਿੰਗ ਜਦੋਂ ਹੋ ਰਹੀ ਸੀ ਮੈਂ ਖੁਦ ਅਤੇ ਮੇਰੇ ਸਾਰੇ ਸੀਨੀਅਰ ਅਫਸਰ ਅਸੀਂ ਉਹਨੂੰ ਦੇਖ ਰਹੇ ਸੀ ਉਹਦਾ ਬੜਾ ਕਰਦਾ ਹੈ। ਇਸ ਵਾਰੀ ਸਾਡੇ ਜਿਹੜੇ ਜਿੰਨੀ ਵੀ ਸਾਡੀ ਫਲਾਇੰਗ ਸਕੁਆਡ ਟੀਮਾਂ ਦੇ ਵਹੀਕਲਸ ਹੈ ਉਹਨਾਂ ਦੇ ਉੱਤੇ, ਸਾਡੀ ਪੋਲਿੰਗ ਬੂਥਾਂ ਦੇ ਉੱਤੇ ਅਤੇ ਜਿਹੜੇ ਸਾਡੇ ਸੈਂਸਿਟਿਵ ਨਾਗਰਿਕ ਉਹਨਾਂ ਦੇ ਉੱਤੇ ਵੈਬਕਾਸਟਿੰਗ ਵੀ ਜਿਹੜੇ ਪਲਾਟਫਾਰਮ ਦਿੱਤਾ ਹੈ। ਹਾਂਜੀ ਦੇ ਵਿੱਚ ਹੀ ਕਵਰ ਕੀਤਾ ਜਾਏਗਾ ਪੂਰੇ
ਸਿਰਫ ਸਿਰਫ ਜਿਹੜਾ ਜਿੱਥੇ ਸਾਡੇ ਚੋਣ ਹੋਣੇ ਆ ਮਤਲਬ ਜਿੱਥੇ ਵੈਸਟ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਰਹਿਣੀ ਬਟ ਕਿਉਂਕਿ ਸਾਡੇ ਜਿਹੜੇ ਬਾਕੀ ਕਾਰਪੋਰੇਸ਼ਨ ਏਰੀਆ ਜ਼ਿਲ੍ਹਾ ਹੈਗਾ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕੁਛ ਰਿਸਟ੍ਰਿਕਸ਼ਨਸ ਸਾਡੇ ਦੇ ਉੱਤੇ ਮਤਲਬ ਬਾਕੀ ਜ਼ਿਲ੍ਹੇ ਚੋਂ ਵੀ ਹੈਗੇ ਆ ਆਈ ਲਾਈਕ ਵਾਈਸ ਕਿ ਜਦੋਂ ਵੀ ਇੰਨਾ ਹੈਵੀ ਕੈਸ਼ ਕੋਈ ਲੈ ਕੇ ਜਾ ਰਿਹਾ ਹੈਗਾ ਉਹ ਆਪਣੇ ਨਾਲ ਡਾਕੂਮੈਂਟੇਸ਼ਨ ਜੇ ਹਲਕੇ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਅਸੀਂ ਤਾਂ ਉਹਦੇ ਵੀ ਸੀਜ ਕਰਨਾ ਹੀ ਵਿਦਆਊਟ ਡਾਕੂਮੈਂਟੇਸ਼ਨ ਜੇ ਬਾਹਰ ਹੈ ਤਾਂ ਉਹਦੇ ਵਿੱਚ ਵੀ ਅਸੀਂ ਦੇਖਾਂਗੇ ਬਟ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਇਸ ਬਾਰੇ ਦਿੱਕਤ ਨਾ ਮੇਰੀ ਐਡਵਾਈਸ ਇਹ ਹੋਊਗੀ ਕਿ ਰੋਟੀ ਇੰਨਾ ਹੈਵੀ ਹੈ ਡਿਊਰਿੰਗ ਡੇਸ ਹੋਈ ਹੁਣ ਨਾ ਕਰੀ ਕਰ ਜੇ ਕਰਨੇ ਆ ਤਾਂ ਉਹਨਾਂ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹਾਂਜੀ ਇਸ ਵਾਰੀ ਪਿਛਲੀ ਵਾਰ ਵੀ ਲੋਕ ਸਭਾ ਚੋਣਾਂ ਚੋਣਾਂ ਦੌਰਾਨ ਵੈਸਟ ਵਿੱਚ ਘਟਨਾਵਾਂ ਹੋਈਆਂ ਕਿ ਸੂਟ ਤੱਕ ਵੰਡੇ ਗਏ ਨੇ ਇਸ ਵਾਰੀ ਵੀ ਰੋਕਿਆ ਜਾ ਰਿਹਾ ਹੈ ਬਿਲਕੁਲ ਜੀ ਵੈਸਟ ਜਿਵੇਂ ਤੁਸੀਂ ਕਿਹਾ ਹੈਗਾ ਐਂਡ ਤੁਹਾਡੇ ਧਿਆਨ 'ਚ ਵੀ ਹੋਣਾ ਕਿ ਚੋਣਾਂ ਤੋਂ ਪਹਿਲਾਂ ਮੇਰੇ ਵੱਲੋਂ ਪੁਲਿਸ ਵੱਲੋਂ ਕਾਫੀ ਉੱਥੇ ਫਲੈਗ ਮਾਰਚ ਦਰਸ਼ਕਾਂ ਸੀ ਕਰੋਨਾ ਹੀ ਜਿਹੜੀ ਉਹ ਨਿਗਰਾਨੀ ਕੀਤੀ ਸੀਗੀ ਵੀ ਸਾਡੇ ਅੰਦਰ ਸਾਡਾ ਥੋੜ੍ਹਾ ਜ਼ੋਰ ਵੀ ਰਿਹਾ ਸੀਗਾ ਐਂਡ ਇਸ ਵਾਰੀ ਵੀ ਅਸੀਂ ਇਹੀ ਕੋਸ਼ਿਸ਼ ਕਰਾਂਗੇ ਫਿਰ ਕਿਤੋਂ ਵੀ ਸਾਨੂੰ ਕੋਈ ਵੀ ਕੰਪਲੇਂਟ ਆਈ ਸੀ ਅਸੀਂ ਉੱਥੇ ਐਕਸ਼ਨ ਲਿਆ ਸੀ ਇਸ ਵਾਰੀ ਵੀ ਕਿਉਂਕਿ ਸਿਰਫ ਇੱਕ ਘੰਟੇ ਦੀ ਹੀ ਚੋਣ ਹੈ ਸਾਡੀ ਸਾਰੀ ਜਿਹੜੀ ਟੀਮਾਂ ਹੈਗੀਆਂ ਭਾਵੇਂ ਕ੍ਰਾਈਮ ਸਕੁਆਡ ਦੀ ਐਸ ਐਸ ਟੀ ਹੈ ਪੁਲਿਸ ਦੀ ਟੀਮ ਹੈ ਜੇ ਸਾਨੂੰ ਕੋਈ ਸੀ ਏ ਪੀ ਦੀ ਵੀ ਬਾਤ ਕੋਈ ਕੰਪਨੀ ਮਿਲ ਰਹੀ ਹੈ ਸਾਡੀ ਕੋਸ਼ਿਸ਼ ਹੋਊਗੀ ਸਾਰੇ ਜਿੰਨੇ ਵੀ ਇੱਕ ਵਲਨਰੇਬਿਲਟੀ ਮੈਪਿੰਗ ਹੁੰਦੀ ਹੈ ਉਹ ਮੈਪਿੰਗ ਅਸੀਂ ਕਰਾਂਗੇ ਐਂਡ ਮੈਂ ਫਿਰ ਸੀ ਪੀ ਸਾਹਿਬ ਐਡਰੈਸ ਨੂੰ ਕਰਨੀ ਹੈ ਦੈਨ ਵਰਗਰ ਪੁਲਿਸ ਅਬਜ਼ਰਵਰ ਸਾਹਿਬ ਦੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਤਾਂ ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਬੂਥ ਸੈਂਸਟਿਵ ਬੂਥ ਜਾਂ ਸੈਂਸਟਿਵ ਏਰੀਆ ਆਉਂਦੇ ਆ ਸਾਡੀ ਪੂਰੀ ਟੀਮਾਂ ਮੁਸਤੈਦੀ ਨਾਲ ਉਸ ਦਾ ਜਿਹੜਾ ਕਰ ਰਹੀ ਹੈ ਸਰ ਪਿਛਲੇ ਦਿਨੀ ਕਿਤੇ ਫਿਰ ਇਲੈਕਸ਼ਨ ਲੰਗੇ ਨੇ ਉੱਥੇ ਕਈ ਬੂਥਾਂ ਦੇ ਉੱਤੇ ਬੜੀ ਲੜਾਈ ਵੀ ਹੋਈ ਹੈ ਬੂਥਾਂ ਤੇ ਬੜੀ ਵੈਸੇ ਇਸ ਬਾਰੇ ਵੀ ਉਸ ਬੂਥਾਂ ਦੇ ਧਿਆਨ ਰੱਖਿਆ ਜਾਏ ਜਿਵੇਂ ਮੈਂ ਦੱਸਿਆ ਕੁਝ ਬੂਥਾਂ ਦੇ ਉੱਤੇ ਸਾਨੂੰ ਟੋਟਲ ਜਿਵੇਂ ਮੈਂ ਤੁਹਾਨੂੰ ਦੱਸਿਆ 180 ਸਾਡੇ ਬੂਥ ਹੈ ਅਸੀਂ ਮੰਨ ਕੇ ਚੱਲਦੇ ਹੁੰਦੇ ਹਾਂ ਕਿ ਇਕੁਇਟੀ ਅਸੀਂ ਜਿਹੜਾ ਹੈ ਨਾ ਉਸ ਨੂੰ ਡਿਫਰੈਂਟ ਡਿਫਰੈਂਟ ਬਿਲਕੁਲ ਮੈਡਮ ਗਰਮੀ ਦਾ ਵੀ ਆਰ ਐਕਸਪੈਕਟਿੰਗ ਕੰਮ ਨਹੀਂ ਹੋਣੀ ਗਰਮੀ ਸ਼ਾਇਦ ਨਹੀਂ ਰਹੇਗੀ ਆ ਵੱਧ ਵੀ ਸਕਦੀ ਹੈ ਸੋ ਮੇਰੀ ਇਸ ਬਾਰੇ ਆਲਰੇਡੀ ਗੱਲ ਹੋ ਚੁੱਕੀ ਹੈ ਐਂਡ ਮੈਂ ਇਹਦੇ ਵਿੱਚ ਮਾਨਯੋਗ ਸੀਓ ਸਾਹਿਬ ਨਾਲ ਵੀ ਜਿਹਦੇ ਵਿੱਚ ਅਸੀਂ ਡਿਸਕਸ਼ਨ ਕੀਤੀ ਸੀ ਸੋ ਵੀ ਆਰ ਵੈਰੀ ਮਚ ਹੋਪਫੁਲ ਟੂ ਇਸ ਬਾਰੇ ਸਿਰਫ ਇੱਕ ਹੀ ਸਾਡਾ ਇਲੈਕਸ਼ਨ ਹੋਣਾ ਵੀ ਟਰਾਈ ਕਿ ਇਸ ਨੂੰ ਆਪਣਾ ਪਾਇਲਟ ਅਸੀਂ ਜ਼ਰੂਰ ਇੰਟਰਡਿਊਸ ਕਰੀਏ ਕਿ ਜੇ ਅਸੀਂ ਕਿਉਂ ਬਾਰੇ ਲੋਕਾਂ ਨੂੰ ਦੱਸ ਸਕੀਏ ਤਾਂ ਲੋਕ ਕਿਉਂ ਬਾਰੇ ਜਾਣਕਾਰੀ ਲੈ ਕੇ ਫਿਰ ਆਪਣਾ ਰੂਟਿੰਗ ਦਾ ਸਮਾਂ ਨਿਰਧਾਰਨ ਕਰ ਸਕਣ ਸਾਡੀ 100% ਕੋਸ਼ਿਸ਼ ਹੈਗੀ ਹੈ ਜੇ ਕੋਈ ਲਾਸਟ ਮਿੰਟ ਕੋਈ ਟੈਕਨੀਕਲ ਦੇ ਚੱਲਦਾ ਤਾਂ ਆਰਾਮ ਸੇ ਬਟ ਅਸੀਂ ਇਸ ਨੂੰ ਅਦਰ ਪਾਇਲਟ ਜ਼ਰੂਰ ਇਸ ਨੂੰ ਇਨਵੋਲਵ ਕਰਾਂ ਕਿਉਂਕਿ ਕੋਸ਼ਿਸ਼ ਕੀਤੀ ਕਿ 70% ਤੱਕ ਵੋਟਿੰਗ ਹੋ ਪਾਵੇ ਲੇਕਿਨ ਨਹੀਂ ਪਹੁੰਚ ਪਾਏ 60 ਤੋਂ ਵੀ ਥੋੜਾ ਘੱਟ ਹੀ ਗਿਆ ਕਾਫੀ ਆਫਰਸ ਵੀ ਸੀਗੇ ਇਸ ਵਾਰੀ ਵੀ ਕੁਝ ਖਾਸ ਹੋ ਗਿਆ ਇਹਨਾਂ ਮੈਂ ਇਸ ਬਾਰੇ ਆਪਣੀ ਟੀਮ ਨੂੰ ਵੀ ਫੀਡਬੈਕ ਦਿਆ ਇਨਫੈਕਟ ਕਾਫੀ ਉਹਦੇ ਵਿੱਚ ਜਿਹੜਾ ਸਪੈਸ਼ਲੀ ਫਸਟ ਟਾਈਮ ਵੋਟਰ ਸੀਗੇ ਸ਼ਹਿਰ ਦੇ ਵੋਟਰ ਸੀਗੇ ਉਹਦੇ ਵਿੱਚ ਕਾਫੀ ਇੰਥੂਜ਼ੀਆਜ਼ਮ ਸੀਗਾ ਕਿ ਅਸੀਂ ਵੋਟਿੰਗ ਕਰਨ ਜਾਵਾਂਗੇ ਐਂਡ ਵੋਟਰ ਤੁਹਾਨੂੰ ਜਿਹੜੇ ਡਿਸਕਾਊਂਟ ਇਸ ਤਰ੍ਹਾਂ ਦੇ ਮਿਲਣਗੇ ਸੋ ਸਾਰਾ ਇਸ ਦਾ ਇੱਕ ਵਾਰੀ ਫੀਡਬੈਕ ਲੈ ਕੇ ਅਸੀਂ ਬਹੁਤ ਛੇਤੀ ਇਸ ਬਾਰੇ ਕੋਈ ਅਨਾਊਂਸਮੈਂਟ ਕਰਨੀ ਹੋਵੇਗੀ ਤਾਂ ਅਸੀਂ ਜ਼ਰੂਰ ਕਰਾਂਗੇ
ਮੈਂ ਲੋਕਾਂ ਨੂੰ ਐਂਡ ਸਾਡੇ ਫਸਟ ਟਾਈਮ ਵੋਟਰਸ ਯੂਥ ਵੋਟਰ ਸ਼ਹਿਰੀ ਕਿਉਂਕਿ ਇਲੈਕਸ਼ਨ ਸਾਡੇ ਸ਼ਹਿਰੀ ਹੈ ਉਹਨਾਂ ਸਾਰਿਆਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਮੋਟੀਵੇਟ ਕਰ ਸਕੀਏ ਵੋਟ ਪਾਉਣਗੇ ਅਸੀਂ ਹਾਂਜੀ ਮੈਂ ਹੁਣੇ ਜਿਵੇਂ ਦੱਸਿਆ ਲਗਭਗ 2.5 ਤੋਂ 3 ਹਜ਼ਾਰ ਸਾਡੇ ਜਿਹੜੇ ਟੋਟਲ ਮੁਲਾਜ਼ਮ ਹੈ ਉਹ ਇਸ ਯੂਥ ਹੋਣਗੇ ਪੁਲਿਸ ਦੇ ਸਿਵਲ ਦੇ ਸਾਰੇ ਬੁਲਾ ਕੇ ਇੱਕ ਸੈਂਟਰ ਤੋਂ ਸਾਡੇ ਕੋਲ ਸਾਧਨ ਹੁੰਦੀ ਹੈ ਵੀ ਆਰ ਵੇਟਿੰਗ ਆਰਡਰਸ ਜੇ ਸਾਨੂੰ CPF ਦੀ ਕੋਈ ਕੰਪਨੀ ਮਿਲਦੀ ਹੈ ਨਹੀਂ ਤਾਂ ਪੁਲਿਸ ਦੀ ਜਿਹੜੀ ਤਮਾਮ ਜਿਹੜੀ ਉੱਥੇ ਫੋਰਸ ਹੈ ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਬਿਲਕੁਲ ਜੀ ਇਹਦੇ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਹੈ ਇਹਦੇ ਬਾਰੇ ਪਤਾ ਲੱਗ ਸਕੇ ਕਿ ਕਿਵੇਂ ਇੰਸੀਡੈਂਟਸ ਕਿਸੇ ਉਮੀਦਵਾਰ ਦੇ ਹੈ ਅਤੇ ਉਹ ਕੀ ਨੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਇਹੀ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜੇ ਚੰਗੇ ਨਾਮ ਸੀ ਤੁਹਾਡੇ ਜਿਹੜੇ ਅਖਬਾਰ ਨੇ ਜਿਨ੍ਹਾਂ ਦੀ ਸਰਕੂਲੇਸ਼ਨ ਚੱਲੀ ਹੈ ਉਹਨਾਂ ਵਿੱਚੋਂ ਹੀ ਐਡਵਰਟਾਈਜ਼ਮੈਂਟ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੋ ਸਕੇ ਰਿਪੋਰਟਰ ਦਾ ਕਾਰਡ ਬਣ ਜਾਂਦਾ ਕੈਮਰਾਮੈਨ ਦਾ ਕਾਰਡ ਨਹੀਂ ਹੁੰਦਾ ਇਸ ਕਰਕੇ ਕੈਮਰਾਮੈਨ ਨੂੰ ਅੰਦਰ ਪਹੁੰਚਣ 'ਚ ਦਿੱਕਤ ਆਉਂਦੀ ਆ ਇਕੱਲਾ ਰਿਪੋਰਟਰ ਕੁਛ ਕਰ ਨਹੀਂ ਸਕਦਾ ਇਹ ਬੜੀ ਪ੍ਰੋਬਲਮ ਹੈ ਸਰ ਇੱਕ ਐਡ ਆਨ ਕਰਨਾ ਚਾਹੁੰਦਾ ਲਾਸਟ ਟਾਈਮ ਕਾਰਡ ਵੀ ਬਣਾਏ ਗਏ ਸੀ DPR ਸਾਹਿਬ ਵੱਲੋਂ ਅਤੇ ਬਾਹਰ ਸਕਿਉਰਟੀ ਵਾਲੇ ਕਹਿੰਦੇ ਕਿ ਤੁਸੀਂ ਜਿਹੜਾ ਬਾਹਰ ਰਹਿ ਕੇ ਕਰਨਾ ਹੈ ਜੇ ਬਾਹਰ ਰਹਿ ਕੇ ਕਰਨਾ ਤਾਂ ਕਾਰਡ ਦਾ ਕੋਈ ਫਾਇਦਾ ਨਹੀਂ ਬਾਹਰ ਤੋਂ ਕੋਈ ਵੀ ਖੜਾ ਕਰ ਦੂਗਾ ਕਾਰਡ ਤਾਂ ਹੀ ਫਾਇਦਾ ਨਹੀਂ ਜੇ ਅਸੀਂ ਅੰਦਰ ਜਾ ਕੇ ਕਰ ਸਕਦੇ ਤੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਹਦੇ ਕਿਉਂਕਿ ਤੁਸੀਂ ਪਹਿਲਾਂ ਇਹ ਚੀਜ਼ ਹੁਣ ਧਿਆਨ 'ਚ ਲੈ ਕੇ ਆ ਰਹੇ ਹੋ ਕਿ ਅਸੀਂ ਸਭ ਵੀ ਇੱਥੇ ਬੈਠੇ ਨੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਹੀ ਧੰਨਵਾਦ ਕੀਤਾ ਤੁਸੀਂ ਮੀਡੀਆ ਦਾ ਕਿ ਉਹਨਾਂ ਨੇ ਬੜੇ ਹੀ ਪੋਜ਼ੀਟਿਵ ਰੋਲ ਜਿਹੜਾ ਪਲੇਅ ਕੀਤਾ ਹੈ ਸੋ ਵੀ ਮੋਸਟ ਵਾਂਟ ਇਹ ਰੋਲ ਇਸ ਨੂੰ ਕੰਟੀਨਿਊ ਕੀਤਾ ਜਾਵੇ DPR ਸਾਹਿਬ ਬੈਠੇ ਜੋ ਵੀ ਤੁਹਾਡੇ ਕੈਮਰਾਮੈਨ 'ਤੇ